श्री माता वैष्णो देवी जाने वाले श्रद्धालुओं ताई एक माड़ी ही खबर है। उवां ते अस लोग बड़े आस्थावान कह लिए कि साड़ा देश पूरा आस्था करने परोचे दा ते आस्था जिस साड़ी चे थोड़ा या कमी आई गई है कह लिए कि जिसले दा मुआ करोना आया ना सारा गड़बड़ी ने करी उड़े दा ते हुण जिहड़े श्री माता वैष्णो देवी जाने ताई जिहड़े यात्री जिहड़े जांदे ने हर साल उत्थे हर रोज़ जिहड़े उत्थे जा रहे हुंदे ने उंदे ताई एक माड़ी खबर यह है कि उन्हेंगी माता रानी दे दर्शन जिहड़े थोड़ा दूरा दूरा के करने पौने ਉਹ ਮਾਤਾ ਰਾਣੀ ਕੀ ਜਿਹੜੀ ਪਿੰਡੀਆਂ ਉੱਥੇ ਉਹਨੇ ਕੀ ਪ੍ਰਸ਼ਾਦ ਨਹੀਂ ਚੜ੍ਹਾਈ ਸਕਦੇ ਉਹ ਪੰਤਾਂ ਕੋਲ ਇੱਧਰ ਤੱਕ ਕਿ ਟਿੱਕਾ ਜਿਹੜਾ ਮੱਥੇ ਉੱਪਰ ਅਸੀਂ ਲਾਉਂਦੇ ਹੁੰਦੇ ਹਾਂ ਤਿਲਕ ਮਾਤਾ ਰਾਣੀ ਦੇ ਆਸ਼ੀਰਵਾਦ ਦੇ ਤੌਰ ਉੱਪਰ ਉਹ ਵੀ ਅਸੀਂ ਨਹੀਂ ਲਵਾਈ ਸਕਦੇ ਹੈ ਐਸਾ ਆਰਡਰ ਜਿਹੜਾ ਉਹ ਆਈ ਚੁੱਕੇ ਦਾ ਇਹਾਂ ਵੀ ਅਸੀਂ ਦੇਖਿਆ ਕਿ ਕਰੋਨਾ ਦੇ ਚਲਦੇ ਜਿਹੜੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁੰਦੀ ਸੀ ਉਹਦੇ 'ਚ ਬੜੀ ਜ਼ਿਆਦਾ ਕਟੌਤੀ ਦੇਖਣੇ ਕੀ ਹੋਈ ਹੈ ਬੜੀ ਜ਼ਿਆਦਾ ਗਿਰਾਵਟ ਦੇਖਣੇ ਕੀ ਹੋਈ ਹੈ ਇਹਾਂ ਕਿ ਅਸੀਂ ਦੇਖਣੇ ਹੁੰਦੇ ਹਾਂ ਰੋਜ਼ ਜਿਹੜੇ ਜਿਹੜੇ 80-100 ਯਾਤਰੀ ਜਿਹੜੇ ਹੈ ਉਹ ਜਾਂਦੇ ਹੁੰਦੇ ਹੈ ਪਹਿਲੇ ਦਰਸ਼ਨ ਕਰਨ ਦਾ ਇਹ ਉਹ ਵੀ ਇੱਕ ਜ਼ਮਾਨਾ ਹਾ ਪਰ ਹੁਣ ਟਾਈਮ ਉਹ ਆਈ ਗਿਆ ਕਿ ਬਈ 18,000 ਤੋਂ ਲਈ ਖਾਲੀ 20,000 ਤੱਕ ਦੇ ਲੋਕ ਜਿਹੜੇ ਨੇ ਉਹ ਹਰ ਦਿਨ ਜਿਹੜੇ ਉਹ ਉੱਥੇ ਜਾਈ ਦਰਸ਼ਨ ਕਰਾ ਦੇਣ ਕਹਿ ਲੈ ਕਿ ਕੋਵਿਡ-19 ਜਿਹੜਾ ਉਹ ਬੜਾ ਜ਼ਿਆਦਾ ਫੈਲੀ ਚੁੱਕੇ ਦਾ ਇੱਥੇ ਤੱਕ ਕਿ ਸਰਕਾਰ ਦਾ ਇਹ ਆਖਣਾ ਕਿ ਅਗਲੇ 4 ਹਫ਼ਤੇ ਜਿਹੜੇ ਨਾ ਉਹ ਤੁਸੀਂ ਬਚੀ ਰਹੋਗੇ ਕਿ 4 ਹਫ਼ਤੇ ਜਿਹੜੇ ਬੜੇ ਜ਼ਿਆਦਾ ਕ੍ਰਿਟੀਕਲ ਨੇ ਬੜੇ ਜ਼ਿਆਦਾ ਖਤਰਨਾਕ ਨੇ ਕੋਵਿਡ ਆਪਣੀ ਪੀਕ ਉੱਪਰ ਹੈ ਤੇ ਐਸਾ ਪਹਿਲੀ ਵਾਰ ਨਹੀਂ ਹੋਇਆ ਕਿ ਮੱਥੇ ਦੇ ਜਿਹੜੇ ਟਿੱਕੇ ਹੈ ਉਹ ਬੰਦ ਕਰੀ ਉੜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਜਾਂ ਫਿਰ ਜਿਹੜੇ ਪ੍ਰਸ਼ਾਦ ਚੜ੍ਹਾਉਂਦੇ ਹੈ ਉਹ ਬੰਦ ਕਰੀ ਉੜੇ ਇਹਦੇ ਕੋਲ ਪਹਿਲੇ ਵੀ ਐਸਾ ਹੋਈ ਚੁੱਕੇ ਦਾ ਜਿਸਲੇ ਕਰੋਨਾ ਵਾਇਰਸ ਬੜਾ ਜ਼ਿਆਦਾ ਵਧੀ ਗਿਆ ਦਾ ਹਾਂ ਤੇ ਪਹਿਲੇ ਵੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਜਿਹੜੇ ਸ਼੍ਰਾਈਨ ਬੋਰਡ ਹੈ ਉਹਨੇ ਬੰਦ ਕਰੀ ਉੜਦੇ ਹੈ ਟਿੱਕੇ ਲਾਉਣਾ ਤੇ ਕੰਨੇ ਜਿਹੜਾ ਆਹ ਪ੍ਰਸ਼ਾਦ ਚੜ੍ਹਾਉਣਾ ਬੰਦ ਕਰੀ ਉੜਦਾ ਹਾਂ ਕਹਿ ਲਈ ਕਿ ਬੜੇ ਸਾਰੇ ਲੋਕ ਜਿਹੜੇ ਪੋਜ਼ਿਟਿਵ ਆਦੇ ਹੈ ਜਿਹੜੇ ਯਾਤਰੂ ਜਾਦੇ ਹੈ ਉਹ ਪੋਜ਼ਿਟਿਵ ਆਦੇ ਹੈ ਪਰ ਉਹ ਯਾਤਰੀ ਜਿਹੜੇ ਯਾਤਰੂ ਜਿਹੜੇ ਉੱਥੇ ਜਾਂਗਨ ਉਹਦੇ ਤਾਈਂ ਰਿਪੋਰਟ ਜਿਹੜੀ ਹੈ ਨੈਗੇਟਿਵ ਹੋਣਾ ਬੜਾ ਜ਼ਿਆਦਾ ਮੈਂਡੇਟਰੀ ਹੈ ਜਿਸ ਬੰਦੇ ਦੀ ਜਿਸ ਯਾਤਰੂ ਦੀ ਰਿਪੋਰਟ ਜਿਹੜੀ ਉਹ ਆਪਣੀ ਰਿਪੋਰਟ ਦੱਸਗੇ ਕਿ ਇਹ ਸਾਡੀ ਨੈਗੇਟਿਵ ਹੈ ਉਸੇ ਕੇ ਖਾਲੀ ਅੰਦਰ ਐਂਟਰੀ ਮਿਲੇ ਤੇ ਕੰਨੇ ਉਹ ਰਿਪੋਰਟ ਜਿਹੜੀ ਹੈ ਉਹ 3 ਦਿਨ ਪਹਿਲੇ ਦੀ ਹੋਣੀ ਚਾਹੀਦੀ ਹੈ ਯਾਨੀ ਕਿ 3 ਦਿਨ ਤੱਕ ਦੀ ਰਿਪੋਰਟ ਤੁੰਦੀ ਜਿਹੜੀ ਹੈ ਵੈਲਿਡ ਮੰਨੀ ਜਾਗ ਉਹਦੇ ਪਹਿਲੇ ਦੀ ਰਿਪੋਰਟ ਅਗਰ ਤੁਸੀਂ ਲਈ ਆਉਂਦੇ ਹੋ ਕਿ ਨੈਗੇਟਿਵ ਹੈ ਤੇ ਉਹ ਤੁੰਦੀ ਰਿਜੈਕਟ ਹੋਈ ਜਾਗ ਤੁਸੀਂ ਕਿ ਅੰਦਰ ਐਂਟਰੀ ਨਹੀਂ ਮਿਲਗ ਇਹਦੇ ਇਲਾਵਾ ਮੈਂ ਤੁਸੀਂ ਇਹ ਸੁਣਾਈ ਹੁੰਦੀ ਹਾਂ ਕਿ ਹੈਲੀਕਾਪਟਰ ਸੇਵਾ ਕੇਬਲ ਕਾਰ ਸੇਵਾ ਤੇ ਜਿਹੜੀ ਪੈਸੰਜਰ ਕੇਬਲ ਕਾਰ ਜਿਹੜੀ ਸੇਵਾ ਉਹ ਤੁਸੀਂ ਕਿ ਜ਼ਰੂਰ ਮਿਲੇਗਾ ਉੱਥੇ ਖੁੱਲ੍ਹੀ ਦੀ ਹੋਊ ਉਸੀ ਕੋਈ ਉਹਦੀ ਕੋਈ ਟੈਨਸ਼ਨ ਨਹੀਂ ਹੈ ਕਿ ਉਹ ਬੰਦ ਹੋਈ ਗਈ ਉਹ ਫੰਕਸ਼ਨਲ ਇੱਕ ਤਰੀਕੇ ਦੀ ਪੂਰੀ ਤੇ ਇਹ ਉਹਦੇ ਇਲਾਵਾ ਸੈਂਟਰ ਵੀ ਕਿਸ਼ ਬਣਾਏ ਗਏ ਦੇ ਨੇ ਮੈਂ ਤੁਸੀਂ ਕਿ ਸੁਣਾਈ ਹੁੰਦੀ ਹਾਂ ਕਿ ਜਿਹੜੇ ਬਾਕੀ ਜਿਹੜੇ ਟੈਸਟਿੰਗ ਸੈਂਟਰਸ ਨੇ ਉੱਥੇ ਬਣਾਏ ਗਏ ਦੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਿਸ ਕਟੜਾ ਤੁਸੀਂ ਜਾਂਦੇ ਹੋ ਤੇ 3-4 ਸੈਂਟਰ ਉੱਥੇ ਬਣਾਏ ਗਏ ਦੇ ਨੇ ਜੇ ਤੁਸੀਂ ਆਪਣਾ ਟੈਸਟ ਨਹੀਂ ਕਰਾਇਆ ਤਾਂ ਉੱਥੇ ਜਾਈ ਆਪਣਾ ਟੈਸਟ ਕਰਾਓ ਆਪਣੀ ਨਵੀਂ ਰਿਪੋਰਟ ਬਣਾਓ ਤੇ ਨਵੀਂ ਰਿਪੋਰਟ ਦੱਸੀਏ ਕਿ ਤੁਸੀਂ ਜਿਹੜਾ ਉਹ ਅੱਗੇ ਐਂਟਰੀ ਮਿਲਗ ਅਕਸਰ ਐਸਾ ਦੇਖਣੇ ਕੀ ਹੁੰਦਾ ਕਿ ਜਿਹੜੇ ਪ੍ਰਯਟਕ ਜਿਹੜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਤਾਈ ਆਉਂਦੇ ਨੇ ਉਹਦੇ ਬਾਅਦ ਉਹ ਫਰਾਟੀ ਮਾਰਨ ਤਾਈ ਜਿਹੜਾ ਸ੍ਰੀਨਗਰ ਵੀ ਚਲੀ ਜਾਂਦੇ ਆ ਤੇ ਕਸ਼ਮੀਰ ਵੀ ਫਰਾਟੀ ਮਾਰੀ ਕੇ ਆਉਂਦੇ ਆ ਤੇ ਉੱਥੇ ਦੇ ਜਿੰਨੇ ਵੀ ਹੋਟਲ ਵਾਲੇ ਨੇ ਸਾਰੇ ਕੀ ਉੱਥੇ ਦੀ ਐਡਮਿਨਿਸਟ੍ਰੇਸ਼ਨ ਨੇ ਇਹ ਹਿਦਾਇਤ ਦਿੱਤੀ ਦੀ ਹੈ ਕਿ ਆਪਣੇ ਜਿਹੜੇ ਹੋਟਲ ਨੇ ਉੱਥੇ 2-2 ਕਮਰੇ ਜਿਹੜੇ ਤੁਸੀਂ ਰੱਖਣੇ ਨੇ ਸੈਪਰੇਟ ਰਿਜ਼ਰਵ ਕਰੀਏ ਤੁਸੀਂ ਰੱਖਣੇ ਨੇ ਕੁਆਰੰਟਾਈਨ ਰੂਮ ਦੇ ਤੌਰ ਉੱਪਰ ਯਾਨੀ ਕਿ ਅਗਰ ਕੋਈ ਪ੍ਰਯਟਕ ਕੋਈ ਜਿਹੜਾ ਆਇਆ ਹੁੰਦਾ ਹੋਟਲ 'ਚ ਅਗਰ ਕੋਈ ਬੰਦਾ ਜਿਹੜਾ ਉਹ ਪੋਜ਼ਿਟਿਵ ਆਈ ਵੀ ਜਾਂਦਾ ਅਗਰ ਉਸੇ ਕਰੋਨਾ ਹੋਈ ਵੀ ਜਾਂਦਾ ਤੇ ਘੱਟੋ ਘੱਟ ਉਸ ਕੁਆਰੰਟਾਈਨ ਰੂਮ 'ਚ ਜਿਹੜਾ ਉਹ ਰੁਕੀ ਸਕਦਾ ਉੱਥੇ ਆਈਸੋਲੇਟ ਹੋਈਏ ਬਹਿ ਸਕਦਾ ਤੇ ਐਸੀ ਹਿਦਾਇਤ ਜਿਹੜੀ ਉੱਥੇ ਦੇ ਹਰ ਇੱਕ ਹੋਟਲ ਵਾਲੇ ਕੀ ਦਿੱਤੀ ਦੀ ਹੈ ਤੇ ਅਗਰ ਜਿਹੜਾ ਬੰਦਾ ਇਸ ਨਹੀਂ ਫੋਲੋ ਕਰਦਾ ਉਹਦਾ ਸਟ੍ਰਿਕਟ ਉਹਦੇ ਉੱਪਰ ਜਿਹੜਾ ਸਖਤ ਜਿਹੜਾ ਐਕਸ਼ਨ ਵੀ ਲਿੱਤਾ ਜਾਗ ਇਹਦੇ ਇਲਾਵਾ ਜੀਆਂ ਖਾਲੀ ਇਹ ਨਹੀਂ ਸੋਚੋ ਹੈ ਕਿ ਖਾਲੀ ਪ੍ਰਸ਼ਾਦ ਚੜ੍ਹਾਉਣਾ ਬੰਦ ਹੋਈ ਗਿਆ ਜਾਂ ਫਿਰ ਟਿੱਕੇ ਲਵਾਉਣਾ ਬੰਦ ਹੋਈ ਗਿਆ ਤੇ ਖਾਲੀ ਸਕੂਲ ਵੀ ਬੰਦ ਨਹੀਂ ਹੋਇਆ ਬਥੇਰਾ ਕੁਝ ਬੰਦ ਹੋਈ ਗਿਆ ਦਾ ਜਿਵੇਂ ਕਿ ਕੱਲ ਆਰਡਰ ਆਇਆ ਕਿ ਬਈ ਗੇਮਾਂ ਜਿਹੜੀ ਕਲੋਜ਼ ਕੰਟੈਕਟ ਗੇਮਾਂ ਹੁੰਦੀਆਂ ਜਿਵੇਂ ਇੰਡੋਰ ਗੇਮ ਹੋਈ ਗਿਆ ਕਬੱਡੀ ਹੋਈ ਗਿਆ ਖੋ ਖੋ ਹੋਈ ਗਿਆ ਰੈਸਲਿੰਗ ਹੋਈ ਗਈ ਬਾਕਸਿੰਗ ਹੋਈ ਗਈ ਵੁਸ਼ੂ ਟਾਈਕਵਾਂਡੋ ਹੋਰ ਵੀ ਬਥੇਰੀ ਸਾਰੀ ਗੇਮਾਂ ਜਿਹੜੀਆਂ ਜਿਹੜੇ ਕਿ ਦੋ ਬੰਦੇ ਜਿਹੜੇ ਆਪਸ 'ਚ ਬੜੇ ਕਲੋਜ਼ਲੀ ਕੰਟੈਕਟ 'ਚ ਆਉਂਦੇ ਜਿਵੇਂ ਕਬੱਡੀ ਤੇ ਇਹ ਸਾਰੀ ਗੇਮਾਂ ਜਿਹੜੀਆਂ ਬੰਦ ਕਰੀ ਦਿੱਤੀਆਂ ਯਾਨੀ ਕਿ ਕੋਚ ਜਿਹੜੇ ਨੇ ਉਹ ਇਹਦੀ ਕੋਚਿੰਗ ਜਿਹੜੀ ਉਹ ਨਹੀਂ ਦੇ ਸਕਦੇ ਆ ਕਿਉਂਕਿ ਕਰੋਨਾ ਵਾਇਰਸ ਬੜਾ ਜ਼ਿਆਦਾ ਵਧਾ ਦਾ ਤੇ ਸਰਕਾਰ ਨੇ ਤੁਸੀਂ ਕੀ ਸੁਣਾਇਆ ਗਿਆ ਜਿਵੇਂ ਕਿ ਸਰਕਾਰ ਨੇ ਆਖਿਆ ਕਿ ਅਗਲੇ 4 ਹਫ਼ਤੇ ਜਿਹੜੇ ਬੜੇ ਜ਼ਿਆਦਾ ਖਤਰਨਾਕ ਨੇ ਤੇ ਮੈਂ ਸਾਰੇ ਕੀ ਆਗੀ ਕਿ ਭਾਈ ਥੋੜਾ ਬਚੀਏ ਰਹੋ ਇਹ 4 ਹਫ਼ਤੇ ਅਗਰ ਆਖੇ ਦਾ ਖਤਰਨਾਕ ਨੇ ਤੇ ਮੰਨੋ ਇਸ ਗੱਲ ਕਿ ਇਹ ਨਹੀਂ ਆਖੋ ਕਿ ਨਹੀਂ ਕਰੋਨਾ ਤੇ ਐ ਹੀ ਨਹੀਂ ਅਸ ਨਹੀਂ ਬੰਦੇ ਕਰੋਨਾ ਕੀ ਠੀਕ ਹੈ ਬੰਗਾਲ ਦੀ ਰੈਲੀ ਹੈ ਚ ਬੇਸ਼ੱਕ ਨਹੀਂ ਹੈ ਕਰੋਨਾ ਲੇਕਿਨ ਸਾਡੇ ਜੰਮੂ 'ਚ ਹੈ ਤੇ ਤਾਂ ਕਰੀ ਆਖਾ ਦੀ ਮੰਨੀ ਲਓ ਮਾਸਕ ਪਾਈਏ ਨਿਕਲੋ ਬਾਹਰ ਇੰਨੀਆਂ ਨਹੀਂ ਫਾਲਤੂ ਦੀ ਫਰਾਟੀਆਂ ਮਾਰਦੇ ਹੀ ਮਾਸਕ ਬਿਨਾ ਪਾਏ ਤੁਸੀਂ ਬਾਹਰ ਨਿਕਲੋ CBSE affiliated MV International School Thandikhui में नर्सरी से 12वीं कक्षा की एडमिशन खुल चुकी है। अगर आप चाहते हैं कि आपका बच्चा ब्रिटिश अमरीकी और कोरियाई इंटरनेशनल एक्सचेंज प्रोग्राम्स NCC बायजूस टाटा रोबोटिक्स इत्यादि में भाग ले तो 12 नेशनल अवार्ड्स और ब्रिटिश काउंसिल के इंटरनेशनल स्कूल अवार्ड से सम्मानित MV इंटरनेशनल स्कूल आपके बच्चे के लिए है बेस्ट चॉइस। प्री नर्सरी से UKG के स्टूडेंट्स के लिए स्कूल की प्रेप विंग में सभी आधुनिक फैसिलिटीज हैं। तो MV इंटरनेशनल स्कूल में आइए और अपने बच्चे के सुनहरे भविष्य की सीट बुक करवाइए। एडमिशन के लिए कुछ ही सीटें बची हैं। हमारी ट्रांसपोर्ट जम्मू सांबा और कठुआ जिलों में उपलब्ध है और हाँ इस साल एडमिशन फीस भी नहीं है।